ਸ਼ਿਕਾ ਦੋਸਤੋ ਹੁਣੇ ਹੁਣੇ ਖਬਰ ਆ ਰਹੀ ਹੈ ਸ਼ਹਿਰ ਨਾਭਾ ਤੋਂ ਜਿੱਥੇ ਕਿ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਕਿਸੇ ਬੱਚੇ ਨੂੰ ਅਗਵਾ ਕਰਕੇ ਕਿਡਨੈਪ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ SHO ਸਾਹਿਬ ਦੇ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਇਸ ਮਾਮਲੇ ਦੇ ਬਾਰੇ ਜਿਹੜਾ ਸਰ ਬੱਚੇ ਦੇ ਕੇਸ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਇਹ ਬੱਚਾ ਕੱਲ ਸ਼ਾਮੀ ਡਿਸਪਲੇਸ ਹੋ ਗਿਆ ਸੀਗਾ ਤੇ ਜਿਹੜਾ ਹੁਣ ਪਤਾ ਲੱਗਿਆ ਵੀ ਡੈਡ ਬੋਡੀ ਸਾਨੂੰ ਵੀਰ ਸਾਹਿਬ ਤੋਂ ਮਿਲੀ ਆ ਇਹਦਾ ਕੋਕ ਪਿੰਡ ਦੇ ਦੋ ਮੁੰਡੇ ਨੇ ਇੱਕ ਇੰਦਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਇੱਕ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਸੁਖਵੀਰ ਸਿੰਘ ਪੁੱਤਰ ਬਲਦੇਵ ਸਿੰਘ ਦੋਨੇ ਕੋਕ ਪਿੰਡ ਦੇ ਨੇ ਅਤੇ ਉਹਨਾਂ ਨੇ ਇਹਨੂੰ ਕੱਲ੍ਹ ਈਵਨਿੰਗ ਟਾਈਮ ਕਿਡਨੈਪ ਕਰਕੇ ਇਹਦਾ ਮਰਡਰ ਕਰਕੇ ਅਤੇ ਇਹਦੀ ਡੈਡ ਬੋਡੀ ਨੂੰ ਵੀਰ ਸਾਹਿਬ ਦੇ ਵਿੱਚ ਜਾ ਕੇ ਦਬਤਾ ਸੀ ਬੱਚਾ ਕਿੰਨੇ ਸਾਲ ਦਾ ਸੀ ਇਹਦੀ ਤਕਰੀਬਨ ਤੀਨ ਏਜ 17 ਕੁ ਸਾਲ ਦੀ ਇਹਦੀ ਏਜ ਹੈ ਕਿ ਪਲੱਸ 2 ਦਾ ਸਟੂਡੈਂਟ ਹੈ अगवा करके पेरेंट्स तो पैसे लैण की गल कर रहा बट पर गल सिरे नहीं लगी ਇਹ ਲੜਕੇ ਨਾਲ ਲੜਕੇ ਨੇ ਵਿਰੋਧ ਕਰਤਾ ਤੇ ਉਹਨਾਂ ਨੇ ਇਹਦੇ ਚਾਕੂ ਮਾਰ ਕੇ ਦੀ ਹੱਤਿਆ ਕਰਤੀ ਕੀ ਹੋਰ ਵੀ ਤੁਹਾਨੂੰ ਲੱਗ ਰਿਹਾ ਕੋਈ ਹੋਰ ਵੀ ਇਸ ਤਰ੍ਹਾਂ ਦਾ ਹੋਰ ਜਾਨੀ ਦੁਸ਼ਮਣੀ ਹੋ ਸਕਦੀ ਹੈ ਉਹਦੇ ਬਾਰੇ ਹੁਣ ਮੈਟਰ ਆਫ ਇਨਵੈਸਟੀਗੇਸ਼ਨ ਹੈ ਤਾਂ ਹੁਣ ਅਸੀਂ ਉਹਨੂੰ ਅਰੈਸਟ ਕੀਤਾ ਪੋਸਟਮਾਰਟਮ ਕਰਵਾ ਕੇ ਹੁਣ ਅਸੀਂ ਉਹਦੀ ਇੰਟਰੋਗੇਸ਼ਨ ਤੋਂ ਅਗਲੀ ਕਾਰਵਾਈ ਤੇ ਤੇ ਫੈਮਿਲੀ ਨਾਲ ਤੁਸੀਂ ਗੱਲਬਾਤ ਕੀਤੀ ਹੋਣੀ ਤੁਹਾਨੂੰ ਕੁਝ ਲੱਗਦਾ ਹੋਵੇ ਫੈਮਿਲੀ ਨੇ ਕੁਝ ਦੱਸਿਆ ਕਿ ਕਿਸੇ ਨਾਲ ਕੋਈ ਦੁਸ਼ਮਣੀ ਹੋ ਨਹੀਂ ਨਹੀਂ ਕੋਈ ਦੁਸ਼ਮਣੀ 17 ਸਾਲ ਦੇ ਬੱਚੇ ਦੀ ਕਿਸੇ ਨਾਲ ਦੁਸ਼ਮਣੀ ਹੋਣੀ ਹੈ ਕੋਈ ਦੁਸ਼ਮਣੀ ਨਹੀਂ ਤਾਂ ਫੈਮਿਲੀ ਮੈਟਰ ਨਹੀਂ ਹੋ ਸਕਦਾ ਨਹੀਂ ਨਹੀਂ ਕੋਈ ਐਸਾ ਮੈਟਰ ਨਹੀਂ ਕੋਈ ਐਸਾ ਮੈਟਰ ਨਹੀਂ ਸਿਰਫ ਬੱਚੇ ਨੂੰ ਜਦ ਤੱਕ ਹੁਣ ਤੱਕ ਲੱਗਦਾ ਵੀ ਉਹਨਾਂ ਨੇ ਪੈਸੇ ਪੂਸੇ ਲੈਣ ਦੀ ਨੀਅਤ ਨਾਲ ਲੈ ਕੇ ਗਏ ਸੀ ਉਹਨਾਂ ਦੀ ਕਾਰਵਾਈ ਸਿਰੇ ਨਹੀਂ ਲੱਗੀ ਤਾਂ ਬੱਚੇ ਦਾ ਮਰਡਰ ਕਰ ਹਾਂਜੀ ਦੋਸਤੋ ਜੀ ਤੁਹਾਨੂੰ ਦਿਖਾ ਚੁੱਕਿਆਂਗੇ ਕਿ ਬੱਚੇ ਦਾ ਜਿਹੜਾ ਬੇਰਹਿਮੀ ਦੇ ਨਾਲ ਜਿਹੜਾ ਕਤਲ ਹੈ ਉਹ ਕੀਤਾ ਗਿਆ ਹੈਗਾ SHO ਸਾਹਿਬ ਦਾ ਕਹਿਣਾ ਸੀਗਾ ਕਿ ਜਿਹੜਾ ਬੱਚਾ ਅਗਵਾ ਕੀਤਾ ਗਿਆ ਕੱਲ੍ਹ ਕਿਡਨੈਪ ਕੀਤਾ ਗਿਆ ਸੀ ਇਸ ਦੇ ਪਿੱਛੇ ਕਿਸੇ ਦੀ ਰੰਜਸ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨਹੀਂ ਕਹਿ ਰਿਹਾ ਕਿ ਕਿਸੇ ਦੀ ਰੰਜਸ ਹੋ ਸਕਦੀ ਹੈ ਇੱਕ ਕਿਡਨੈਪਿੰਗ ਦਾ ਮਾਮਲਾ ਜਿਹੜਾ ਕਿ ਇੱਕ ਪੈਸੇ ਨੂੰ ਲੈ ਕੇ ਪੈਸੇ ਦੀ ਭੁੱਖ ਦੇ ਕਾਰਨ ਜਿਹੜਾ ਇੱਕ ਬੱਚੇ ਦਾ ਕਤਲ ਕਰ ਦਿੱਤਾ ਗਿਆ ਇੱਕ ਬੱਚਾ ਜਾਨ ਤੋਂ ਮਾਰ ਦਿੱਤਾ ਗਿਆ ਜਿਹੜਾ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਇੱਕ ਜਿਹੜਾ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਕੀ ਹਲੇ ਫਰਾਰ ਨੇ ਦੋਸਤੋ ਬਾਕੀ ਲੇਟੈਸਟ ਨਿਊਜ਼ ਦੇ ਨਾਲ ਤੁਸੀਂ ਜੁੜੇ ਰਹੋ ਦੇਖਦੇ ਰਹੋ ਪੰਜਾਬ TV ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼